ਤੁਹਾਡੀ ਬਹੁਤ ਰਣੀ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਦੀ ਗੱਲ ਬਹੁਤ ਬਾਹਰ ਨਹੀਂ ਨਿਕਲਦੀ, ਕਿਉਂ ਕਰਕੇ ਸਾਨੂੰ ਵੱਖਵਾਦੀ ਹਿੰਦੁੱਤਵਾਦੀ ਸੋਚ ਕਹਿੰਦੀ ਹੈ। ਇਸ ਕਰਕੇ ਪ੍ਰੈਸ ਵੀ ਨਹੀਂ ਚੱਕਦੀ, ਟੈਲੀਵਿਜ਼ਨ ਵੀ ਨਹੀਂ ਚੱਕਦਾ ਜ਼ਿਆਦਾ, ਪਰ ਅਸੀਂ ਕੰਮ ਤੁਹਾਡੀ ਭਲਾਈ ਦੇ ਲਈ ਬਹੁਤ ਜ਼ਿਆਦਾ ਕਰ ਰਹੇ ਹਾਂ। ਮਿਸਾਲ ਦੇ ਤੌਰ ਦੇ ਉੱਤੇ ਇਸ ਇਲਾਕੇ ਦੇ ਵਿੱਚ ਆਲੂ ਦੀ ਪੈਦਾਵਾਰ ਬਹੁਤ ਹੁੰਦੀ ਹੈ, ਔਰ ਸਾਡੀ ਪਾਰਟੀ ਨੇ ਰੇਲਵੇ ਕਮਿਸ਼ਨ ਦੇ ਵਿੱਚ ਜਾ ਕੇ ਬਿਆਨ ਦਿੱਤਾ ਕਿ ਜਿਹੜੇ ਨਾਲ ਲੱਗਦੇ ਮੁਲਕ ਹੈਗੇ ਹੈ ਇੰਡੀਆ ਦੇ, ਬੇਸ਼ੱਕ ਅਫਗਾਨਿਸਤਾਨ ਹੋਵੇ, ਪਾਕਿਸਤਾਨ ਹੋਵੇ, ਨੇਪਾਲ ਹੋਵੇ, ਭੂਟਾਨ ਹੋਵੇ, ਬੰਗਲਾਦੇਸ਼ ਹੋਵੇ, ਸ਼੍ਰੀਲੰਕਾ ਹੋਵੇ, ਇਹ ਸਾਰੇ ਮੁਲਕ ਆਲੂ ਦਾ ਬੀਜ ਹਾਲੈਂਡ ਯੂਰਪ ਤੋਂ ਮੰਗਵਾਉਂਦੇ ਹੈ, ਪਰ ਜਿਹੜੀ ਪੈਦਾਵਾਰ ਸਾਡੇ ਆਲੂ ਦੀ ਹੈ ਉਹ ਹਾਲੈਂਡ ਅਤੇ ਬਾਕੀ ਦੇ ਮੁਲਕਾਂ ਤੋਂ ਬਹੁਤ ਵਧੀਆ ਆਲੂ ਇੱਥੇ ਪੈਦਾ ਅਸੀਂ ਕਰਦੇ ਹਾਂ। ਇਸ ਕਰਕੇ ਰੇਲਵੇ ਵਾਲੇ ਸਾਨੂੰ ਏਅਰ ਕੰਡੀਸ਼ਨ ਮਾਲ ਦੇ ਡੱਬੇ ਦੇਣ, ਜਿਹੜੇ ਸਾਡੇ ਆਲੂ ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ, ਭੂਟਾਨ, ਜਿੱਥੇ ਵੀ ਆਲੂ ਲੱਗਦਾ, ਪਾਕਿਸਤਾਨ ਅਤੇ ਅਫਗਾਨਿਸਤਾਨ ਜਾਣ। ਇਹ ਮੈਨੂੰ ਨਹੀਂ ਪਤਾ ਕਿ ਇਹ ਗੱਲ ਕਦੋਂ ਸਿਰੇ ਚੜੂਗੀ, ਪਰ ਇੱਕ ਗੱਲ ਹੈ, ਹਿੰਦੁਸਤਾਨ ਦੀ ਸਰਕਾਰ ਦੇ ਜਿਹੜਾ ਨਕਸ਼ਾ ਹੁੰਦਾ ਉਹਦੇ 'ਤੇ ਤੁਹਾਡੀ ਗੱਲ ਸਾਡੀ ਪਾਰਟੀ ਨੇ ਚਾੜ੍ਹਦੀ ਹੈ। ਦੂਸਰੀ ਗੱਲ ਅਸੀਂ ਕਰਦੇ ਹਾਂ, ਜਿਹੜਾ ਕੋਈ ਦੂਸਰਾ ਡਰਦਾ ਕਰਦਾ ਨਹੀਂ ਕਿ ਸਾਡਾ ਬਾਰਡਰ ਵਾਹਗਾ ਅਤੇ ਹਰਸੈਣੀ ਵਾਲਾ ਪਾਕਿਸਤਾਨ ਦੇ ਨਾਲ ਖੁੱਲ੍ਹਣਾ ਚਾਹੀਦਾ, ਉਹਦੇ ਵਿੱਚ ਵੀ ਜੇ ਸਾਡਾ ਆਲੂ ਜਾਊਗਾ ਤਾਂ ਸਾਨੂੰ 4 ਪੈਸੇ ਜ਼ਿਆਦਾ ਵੱਧ ਜਾਣਗੇ। ਔਰ ਤੁਹਾਨੂੰ ਪਤਾ ਹੋਊਗਾ ਕਿ ਐਤਕੀ ਕਣਕ ਦੀ ਘਾਟ ਬਹੁਤ ਹੈ ਪਾਕਿਸਤਾਨ ਦੇ ਵਿੱਚ, ਅਤੇ ਪਾਕਿਸਤਾਨ ਆਪਣੀ ਕਣਕ ਰੂਸ ਤੋਂ ਮੰਗਵਾਉਂਦਾ, ਪਰ ਗੱਲ ਇਹ ਹੈ ਅਫਸੋਸ ਦੀ ਕਿ ਸਾਡੀ ਵੱਟ ਪਾਕਿਸਤਾਨ ਦੇ ਨਾਲ ਲੱਗਦੀ ਹੈ। ਕੀ ਪਾਕਿਸਤਾਨ ਨੂੰ ਅਸੀਂ ਆਪਣੀ ਕਣਕ ਨਹੀਂ ਭੇਜ ਸਕਦੇ, ਉੱਥੇ ਮਹਿੰਗੀ ਵਿਕੂਗੀ, ਉੱਥੇ ਸਾਨੂੰ ਫਾਇਦਾ ਹੋਊਗਾ, ਅਤੇ ਜੇ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ੍ਹਦਾ ਫਿਰ ਸਾਡੀਆਂ ਜਿੰਸਾਂ ਇਰਾਨ ਤੱਕ ਵੀ ਜਾਣਗੀਆਂ, ਅਤੇ ਇਰਾਨ ਦੇ ਵਿੱਚ ਇੱਥੇ ਜਦੋਂ ਆਪਾਂ ਬਾਸਮਤੀ ਵੇਚਦੇ ਹਾਂ ਤਾਂ ਸਾਨੂੰ ਮੁੱਲ ਮਿਲਦਾ ਹੈਗਾ 4,000 ਰੁਪਈਆ ਕੁਇੰਟਲ ਕਰੀਬ, ਪਰ ਜੇ ਪਾਕਿਸਤਾਨ ਦਾ ਬਾਰਡਰ ਟੱਪ ਕੇ ਸਾਡੇ ਟਰੱਕ ਇਰਾਨ ਨੂੰ ਚਲੇ ਜਾਣ, ਉੱਥੇ 12,000 ਰੁਪਈਆ ਕੁਇੰਟਲ ਇਸ ਜਿਨਸ ਦਾ ਹੈਗਾ। ਬਾਰਡਰ ਖੋਲ੍ਹਣ ਦੇ ਨਾਲ ਸਾਡੀ ਟਰਾਂਸਪੋਰਟ ਵੱਧਦੀ ਹੈ, ਅਤੇ ਸਾਡੇ 46 ਲੱਖ ਨੌਜਵਾਨ ਬੇਰੁਜ਼ਗਾਰ ਹੈਗੇ ਹੈ, ਅਤੇ ਸਾਡਾ ਜਿਹੜਾ ਕਿੱਤਾ ਹੈ, ਇੱਕ ਤਾਂ ਅਸੀਂ ਜ਼ਿਮੀਂਦਾਰਾਂ ਕਰਦੇ ਹਾਂ, ਇੱਕ ਖੇਤ ਮਜ਼ਦੂਰੀ ਕਰਦੇ ਹਾਂ, ਇੱਕ ਟਰਾਂਸਪੋਰਟ ਹੈ, ਅਤੇ ਜੇ ਬਾਰਡਰ ਖੁੱਲ੍ਹਦੇ ਹੈ ਟਰਾਂਸਪੋਰਟ ਵਧੂਗੀ, ਸਾਡੇ ਲੋਕਾਂ ਨੂੰ ਨੌਕਰੀਆਂ ਅਤੇ ਰੋਜ਼ੀ ਜ਼ਿਆਦਾ ਵੱਧ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਵੀ ਕੀਤੀਆਂ, ਅਤੇ ਜਿਹੜੀ ਰੇਲਵੇ ਦੀ ਕਮੇਟੀ ਹੁੰਦੀ ਹੈ ਉਹਦੇ ਵਿੱਚ ਵੀ ਇਹ ਸਵਾਲ ਸਾਰੇ ਉਠਾਏ ਹੈ, ਪਰ ਕਿਉਂ ਕਰਕੇ ਸਾਡੇ ਕੋਲ ਇੰਨੇ ਮੈਂਬਰ ਪਾਰਲੀਮੈਂਟ ਦੇ ਨਹੀਂ ਹੈ, ਅਤੇ ਦੂਜੀ ਪਾਰਟੀਆਂ ਦੇ ਮੈਂਬਰ
ਉੱਥੇ ਜਾ ਕੇ ਹਾਜ਼ਰੀ ਲਗਾਉਂਦੇ ਤਾਂ ਬੋਲਦੇ ਹੈ ਨਹੀਂ ਗੇ ਅਤੇ ਬਾਹਰ ਆ ਜਾਂਦੇ ਹੈਗੇ ਆ। ਸੋ ਮੈਂ ਆਸ ਕਰਦਾ ਕਿ ਸਾਨੂੰ ਤੁਸੀਂ ਚੰਗੀ ਤਰ੍ਹਾਂ ਮੌਕਾ ਪਾਓਗੇ। ਦੂਸਰੀ ਚੀਜ਼ ਹੈ ਦੁਆਬੇ ਦੇ ਵਿੱਚ ਸਾਡੇ ਜਿਹੜੇ ਰਿਸ਼ਤੇ ਭਰਾ ਇਹਨਾਂ 'ਚ ਵੀ ਬਹੁਤ ਜ਼ਿਆਦਾ ਮੌਤ ਹੈਗੀ ਹੈ। ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਬੀਜੇਪੀ ਹੈ ਅਤੇ ਆਰਐਸਐਸ ਹੈ ਇਹ ਸੋਚ ਰਹੀ ਹੈ ਕਿ ਅਗਲੇ ਸਾਲ ਜਿਹੜੇ ਪਾਰਲੀਮੈਂਟ ਦੇ